ਬਾਹਰ ਲੱਗਿਆ ਵੋ ਲੋਈ ਦਾ ਗਣੈਣਾ, ਛੁੜਬਾਈ ਦੱਸ ਰਹਿਣਾ ਓ ਠੇਕੇਦਾਰਨੀਏ, ਸਾਰਾ ਕੋਲਾ ਪਹਿਲੇ ਤੂੰ ਟੋਡੂ ਬਣਾਇਆ, ਸਰਿਆਂ ਦਾ ਸਾਗ ਕੰਨੇ ਮੱਖਣ ਮਲਾਇਆ, ਉਹ ਉੱਪਰ ਪਾਇਆ ਵੋ ਅੰਬੂਏ ਦਾ ਚਾਰ ਲੱਗਦਾ ਸਵਾਦ ਓ ਠੇਕੇਦਾਰਨੀਏ। ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਖੰਡ ਮਿੱਠੇ ਲੋਕ। ਤੋ ਦਰਸ਼ਕੋ, ਆਪਕੇ ਲਈ ਜੋ ਹੈ ਬਹੁਤ ਸੀ ਵੀਡੀਓ ਬਣਾਤੇ ਰਹਿਤੇ, ਲੇਕਿਨ ਆਜ ਕੀ ਵੀਡੀਓ ਹੈ ਸਭਸੇ ਸਪੈਸ਼ਲ, ਸਭਸੇ ਖਾਸ, ਕਿਉਂਕਿ ਹਮਾਰੇ ਸਾਥ ਜੋ ਹੈ ਆਜ ਕੇ ਜੋ ਸਿਤਾਰੇ ਹੈ ਡੋਗਰੀ ਇੰਡਸਟਰੀ ਕੇ, ਮਿਸਟਰ ਅਸ਼ੋਕ ਹੰਸ ਜੀ, ਜੋ ਕਿ ਜਿਨਕੋ ਆਜ ਪੂਰਾ ਜੰਮੂ ਕਸ਼ਮੀਰ ਛੋੜ ਕੇ ਪੂਰਾ ਭਾਰਤ ਜਾਣਤਾ ਹੈ, ਉਨਸੇ ਜੋ ਹੈ ਹਮ ਖਾਸ ਬਾਤਚੀਤ ਕਰੇਂਗੇ। ਅਸ਼ੋਕ ਜੀ, ਸਭਸੇ ਪਹਿਲੇ ਜੋ ਹੈ ਆਪਕਾ ਬਹੁਤ ਬਹੁਤ ਸਵਾਗਤ ਹੈ ਹਮਾਰੇ ਚੈਨਲ ਖੰਡ ਮਿੱਠੇ ਲੋਕ ਮੇਂ। ਸਭਸੇ ਪਹਿਲੇ ਮੈਂ ਆਪਕਾ ਸ਼ੁਕਰੀਆ ਕਰਤਾ ਹੂੰ ਭਈਆ, ਕਿਉਂਕਿ ਖੰਡ ਮਿੱਠੇ ਆਪਕਾ ਚੈਨਲ ਹੈ, ਤੋ ਬਹੁਤ ਬਹੁਤ ਸ਼ੁਕਰੀਆ ਆਪਕਾ, ਕਿਉਂਕਿ ਆਪ ਹਰ ਬੰਦੇ ਕੀ ਖਬਰ। ਬਹੁਤ ਬਹੁਤ ਧੰਨਵਾਦ, ਧੰਨਵਾਦ। ਤੋ ਸਭਸੇ ਪਹਿਲੇ ਮੈਂ ਜੇ ਜਿਤਨੇ ਵੀ ਦਰਸ਼ਕ ਹਮਾਰੇ ਆਪਕੇ ਹੈ, ਸਭ ਕੋ ਮੈਂ ਯੇ ਬੋਲਣਾ ਚਾਹਤਾ ਹੂੰ, ਜੈ ਮਾਤਾ ਕੀ, ਜੈ ਸ਼ੰਕਰ, ਓਮ ਨਮਾ ਸ਼ਿਵਾਯ, ਆਦਾਬ, ਨਮਸਤੇ, ਸਤਿ ਸ਼੍ਰੀ ਅਕਾਲ, ਦੁਆ ਸਲਾਮ। ਔਰ ਜੇ ਹੀ ਬੋਲਣਾ ਚਾਹਤਾ ਹੂੰ ਵੀ ਜਿਤਨੇ ਵੀ ਦਰਸ਼ ਦੇਖਤੇ ਹੈ, ਜਿਤਨੇ ਵੀ ਵਿਊਜ਼ ਦੇਖਤੇ ਹੈ, ਔਰ ਉਨਕਾ ਰਿਸਪਾਂਸ ਹਮੇ ਆਤਾ ਹੈ ਨਾ, ਜੋ ਆਸ਼ੀਰਵਾਦ ਮਿਲਤਾ ਹੈ, ਤੋ ਬਹੁਤ ਅੱਛਾ ਲੱਗਤਾ ਹੈ। ਔਰ ਇਸਕੇ ਆਗੇ ਮੈਂ ਡੋਗਰੀ ਬੋਲੂੰਗਾ, ਕਿਉਂਕਿ ਮੈਂ ਡੋਗਰੀ ਗਾਤਾ ਹੂੰ ਔਰ ਪਹਾੜੀ ਗਾਤਾ ਹੂੰ। ਬਿਲਕੁਲ ਬਿਲਕੁਲ ਸਰ, ਬਿਲਕੁਲ ਸਰ, ਤਬ ਸੇ ਆਪਨੇ ਸ਼ੁਰੂ ਕੀ ਹੈ ਆਪਣਾ ਜੋ ਇਹ ਕਾਮ ਹੈ ਮਿਊਜ਼ਿਕ ਮੇਂ ਆਪਨੇ ਕਦਮ ਰੱਖਾ, ਉਸ ਵਕਤ ਮੇਂ ਜੋ ਹੈ ਹਮਾਰੇ ਜੰਮੂ ਪ੍ਰਾਂਤ ਮੇਂ, ਖਾਸ ਕਰਕੇ ਬਾਤ ਕਰੂੰ, ਪੰਜਾਬੀ ਹੀ ਪੰਜਾਬੀ ਥੀ, ਡੋਗਰੀ ਦਾ ਉੱਤੇ ਨਾ ਗਏ ਨਹੀਂ, ਕਿਤੇ ਵੀ ਡੋਗਰੀ ਕਾ ਜੋ ਹੈ ਕਹੀਂ ਵੀ ਨਾਮ ਨਹੀਂ ਥਾ। ਤੋ ਆਪਕੋ ਜੋ ਹੈ ਕਾਫੀ ਦਿੱਕਤੇ, ਕਾਫੀ ਮੁਸ਼ਕਲਾਤੇ ਜੋ ਆਈ ਹੋਂਗੀ ਸਰ, ਕੁਛ ਥੋੜ੍ਹੀ ਹਮਾਰੀ ਜੋ ਹੈ ਦਰਸ਼ਕੋ ਸੇ ਸ਼ੇਅਰ ਕੀਜੀਏਗਾ। ਸਰ ਮੈਂ ਸੱਚੀ ਗੱਲ ਦੱਸਾਂ ਤੁਸੀਂ, ਡੋਗਰੀ ਹੈ ਨਾ, ਡੋਗਰੀ, ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਡੋਗਰੀ ਗਾਣੇ ਦੇ ਡੋਗਰੇ ਬੰਦੇ ਹੋ, ਬਿਲਕੁਲ, ਤੋ ਇਹ ਸਾਡੀ ਮਾਂ ਬੋਲੀ ਹੈ। ਤੋ ਮੈਂ ਸੱਚੀ ਗੱਲ ਸੁਣਾ ਵੀ ਜਿਸ ਵੇਲੇ ਮੈਂ ਸ਼ੁਰੂ ਕੀਤਾ ਕੰਮ, ਪਹਿਲੇ ਅਸ ਗੀਤਰੂ ਗਾਉਂਦੇ ਹੁੰਦੇ ਅਤੇ ਭਜਨ ਵੀ ਗਾਉਂਦੇ ਹੁੰਦੇ ਨਿੱਕੇ ਨਿੱਕੇ ਜਗ ਜਾਗਰਣ ਘਰਾਂ ਵਿੱਚ, ਅਤੇ ਢੋਲਕੀ ਚਿਮਟੇ ਉੱਪਰ ਗਾਉਂਦੇ, ਅਤੇ ਉਸ ਹਿਸਾਬ ਦੇ ਜੋੜੀਆਂ ਹੁੰਦੀਆਂ ਸਾਡੀਆਂ, ਵਿਆਹ ਵਿੱਚ ਕੰਪੀਟੀਸ਼ਨ ਹੁੰਦੇ ਦੋ ਦੋ ਜੋੜੀਆਂ। ਤੋ ਉਸ ਵੇਲੇ ਮੈਂ ਸੱਚੀ ਗੱਲ ਸੁਣਾ ਵੀ ਚਾਰ ਜਾਂ ਪੰਜ ਜਿਹੜੀਆਂ ਜੋੜੀਆਂ ਇਹ ਸਾਰੀਆਂ ਪੁਰਾਣੀਆਂ, ਇੱਕ ਜਿਹੀਆਂ ਸਾਡੇ ਬੀਰਬਲ ਹੋਰ ਹੋਈ ਹੈ, ਮੰਗਤ ਰਾਮ ਕਿਸ਼ੋਰੀ ਹੋਈ ਹੈ, ਰਮਾਲੋ ਰਾਮ ਐਨ ਪਾਰਟੀ ਹੋਈ, ਔਰ ਰਾਮ ਦਿੱਤਾ ਜੀ ਹੋਈ ਹੈ, ਐਨਾ ਕਾਲੋ ਸਾਡੇ ਰਾਮਨਗਰ ਦੀਆਂ ਬੜੀ ਅੱਛਾ ਗਾਉਂਦੀ ਹਾਂ, ਇੱਕ ਉਹ ਹੋਈ ਆ, ਮਤਲਬ ਪੁਰਾਣੀ ਪੁਰਾਣੀਆਂ ਜਿਹੜੇ ਪੁਰਾਣੇ ਗਾਉਂਦੇ ਬੰਦੇ ਗਾਉਂਦੇ, ਉਸ ਵੇਲੇ ਮੈਂ ਸ਼ੁਰੂਆਤ ਕੀਤੀ। ਔਰ ਮੈਂ ਸਮਝ ਲਿਓ 24 ਸਾਲ ਜੀ ਕਾ ਇਸ ਕੰਮ 'ਚ ਹੋਈ ਹੈ, ਔਰ 24 ਸਾਲ ਹੋਏ ਜਿਹੜੇ ਮੈਂ ਮਿਊਜ਼ਿਕ ਲਾਈਨ 'ਚ, ਜਾਂ ਜਿਹੜਾ ਪਹਾੜੀ ਫੋਕ ਜਿਹੜਾ ਡੋਗਰੀ ਅਸੀਂ ਇੱਕ ਮਿਊਜ਼ਿਕ ਤਰਫਾ ਜਿਹੜਾ ਸ਼ੁਰੂ ਕੀਤਾ, ਇਹ 12 ਸਾਲ ਹੋਈ ਹੈ, 12 ਸਾਲ ਹੋਏ। ਉਸ ਵੇਲੇ ਮੈਂ ਇਹ ਵੀ ਪਤਾ ਨਹੀਂ ਹੈ ਸਾਡੇ ਜੰਮੂ ਵਿੱਚ ਕੋਈ ਸਟੂਡੀਓ ਆਇਆ ਜਾਂ, ਕਿਉਂਕਿ ਨੌਲੇਜ ਨਹੀਂ ਥਾ। ਤੋ ਉਸ ਵੇਲੇ ਮੈਂ ਇਹ ਵੀ ਆਖਣਾ ਚਾਹਾਂਗਾ ਵੀ ਉਸ ਵੇਲੇ ਜੰਮੂ ਵਿੱਚ ਵੀ ਸਾਡੇ ਜੀਆਂ ਲੱਕੀ ਬਈਆ ਨੇ ਜੀ, ਬਿਲਕੁਲ, ਉਹਦਾ ਸਟੂਡੀਓ ਹੋਗ, ਜਾਂ ਇੱਕ ਸੁਰਗਵਾਸੀ ਹੋ ਚੁੱਕੇ ਸੁਰਿੰਦਰ ਮਨਾਸ ਜੀ, ਇਹ ਬੜੇ ਅੱਛੇ ਗਾਇਕ ਥੇ। ਤੋ ਉਹਨੇ ਇੱਕ ਭਗਵਾਨ ਸ਼ਾਂਤੀ ਤੇ ਉਹਦਾ ਸਟੂਡੀਓ ਹੋਣਾ, ਜਿਹੜੇ ਪੁਰਾਣੇ ਪੁਰਾਣੇ ਸਟੂਡੀਓ ਹੈ, ਅਤੇ ਅੱਜ ਕੱਲ੍ਹ ਤਾਂ ਸਮਝੋ ਘਰ ਕਰਕੇ ਸਟੂਡੀਓ ਨੇ, ਘਰ ਕਰਕੇ ਡਾਇਰੈਕਟਰ, ਮਤਲਬ ਆਡੀਓ ਹਰ ਚੀਜ਼। ਉਸ ਵੇਲੇ ਮੈਂ ਸ਼ੁਰੂਆਤ ਕੀਤੀ, ਮੈਂ ਸਾਰਿਆਂ ਕੋਲ ਪਹਿਲੇ ਮੈਂ ਕਿਹਾ ਹਿਮਾਚਲ, ਉਹ ਵੀ ਇੱਕ ਜਿਹੀਆਂ ਕਿਸੇ ਕੋਲ ਖਬਰ ਮਿਲੀ ਵੀ ਉੱਥੇ ਸਟੂਡੀਓ ਹੈ, ਅਤੇ ਬੜਾ ਡਰ ਲੱਗਦਾ ਵੀ ਪਤਾ ਨਹੀਂ ਕਿੰਨੀਆਂ ਗਾਣਾ ਹੈ ਕੀ ਹੋਣਾ। ਅਤੇ ਸਾਰਿਆਂ ਕੋਲ ਪਹਿਲਾਂ ਇੱਕ ਸਾਡੀ ਮਾਂ ਭੈਣ ਚੋਂ ਮੰਦਰ ਹੈ, ਮੈਂ ਸ਼ੁਰੂਆਤ ਉਹਦੇ ਚਰਨਾਂ ਵਿੱਚ ਕੀਤੀ, ਉਹ ਭੇਟ ਕਢਾਈ, ਉਹਦੇ ਕੋਲ ਬਾਅਦ ਇੱਕ ਸ਼ੇਰੋਂ ਵਾਲੀ ਮਾਤਾ ਦੀ ਭੇਟ ਕਢਾਈ। ਤੋ ਉਹ ਜਿਹੜੀਆਂ ਉਸ ਵੇਲੇ ਸੀੜੀਆਂ ਜਿਹੜੀਆਂ ਬੰਦ ਹੋਈਆਂ ਜੀ, ਹੈ ਨਾ,
ਉਹਦੇ ਕੋਲੋਂ ਬਾਅਦ ਮੈਂ ਜਿਹੜਾ ਯੂਟਿਊਬ ਫੇਸਬੁੱਕ ਆਇਆ, ਮੈਂ ਸ਼ੁਕਰੀਆ ਅਦਾ ਕਰਨਾ ਇਹਦਾ ਵੀ ਬਾਹਰਲੀ ਕੰਟਰੀ ਦੇਣ, ਕਿਉਂਕਿ ਇਹ ਚੀਜ਼ਾਂ ਨਹੀਂ ਹੁੰਦੀਆਂ ਹਨ ਤੋ ਆ ਸੁਪਨਾ ਹੁਣ ਨਹੀਂ ਅੱਗੇ ਕੱਢੀ ਸਕਦੇ, ਕਿਉਂਕਿ ਅਸੀਂ ਬੜੇ ਸਾਰੇ ਬੰਦਾ ਗਲਣਾ ਹਾਂ। ਦੇਖੋ ਜੀ ਦੋਸਤ, ਸਿੱਖੋ ਪਹਿਲੇ, ਅਗਰ ਜਿੰਨੇ ਵੀ ਅਸ ਆਡੀਸ਼ਨ ਦਿੰਦੇ ਕੁਛ ਨਾ ਕੁਛ ਫੇਲ ਕਰਨਾ ਉੱਥੋਂ, ਅੱਜ ਐਸਾ ਪਲੇਟਫਾਰਮ ਆਏਦਾ ਵੀ ਆਪੇ ਨੇ ਘਰ ਬੈਠੇ ਗਾਓ, ਆਪਣਾ ਜੋ ਮਰਜ਼ੀ ਕਰੋ, ਜੋ ਪਬਲਿਕ ਰਿਸਪਾਂਸ ਦੇ ਤੋ ਪਾਸ। ਜੀ ਜੀ ਜੀ, ਤੋ ਸਰ ਅਸ਼ੋਕ ਹੰਸ ਜੀ ਨੇ ਕਾਫੀ ਜੋ ਹੈ ਸਟਰਗਲ ਕੀਆ ਹੈ ਔਰ ਅੱਜ ਇਹ ਚਾਂਦ ਪੇ ਪਹੁੰਚ ਗਏ, ਲਗਭਗ 1.5 ਲੱਖ ਜੋ ਹੈ ਇਨਕੇ ਸਬਸਕ੍ਰਾਈਬਰ ਹੈ ਯੂਟਿਊਬ ਚੈਨਲ ਪੇ। ਤੋ ਸਰ ਹਮਾਰੇ ਦਰਸ਼ਕੋ ਕੇ ਲਈ ਸਰ 1 ਲੱਖ। ਤੋ ਮੈਂ ਤੁਸੀਂ ਕੀ ਸੁਣਾਉਣਾ, ਜਿਹੜਾ ਹੁਣ ਮੇਰਾ ਲੇਟੈਸਟ ਗਾਣਾ ਆਇਆ ਹੈ, ਹੋ ਲਾਲ ਸੂਟ ਬਾਈ ਪਰ ਤੋਂਦੀ ਵੋ ਜਾਨੇ ਮੇਰੀਏ, ਬੰਦਾ ਪਰਦੇਸੀ ਵੋ ਕਿਸੀ ਰੋਂਦੀ ਤੇਰੀ ਸੋ, ਹੋ ਲਾਲ ਸੂਟ ਬਾਈ ਪਰ ਤੋਂਦੀ ਵੋ ਜਾਨੇ ਮੇਰੀਏ, ਬੰਦਾ ਪਰਦੇਸੀ ਵੋ ਕਿਸੀ ਰੋਂਦੀ ਤੇਰੀ ਸੋ, ਵੋ ਪਾਣੀ ਪੀਣਾ ਕੱਚੂ ਦੇ ਗਲਾਸੇ ਵੋ ਜਾਨੇ ਮੇਰੀਏ, ਮੇਰਾ ਹੋ ਖਿਆਲ ਤੇਰੇ ਪਾਸੇ ਤੇਰੀ ਸੋ, ਮੇਰਾ ਉਹ ਖਿਆਲ ਤੇਰੇ ਪਾਸੇ ਤੇਰੀ ਸੋ, ਉਹ ਬਾਹਰ ਲੱਗਿਆ ਬੋਲੋਈ ਦਾ ਗਣੈਣਾ ਛੁੜਬਾਈ ਦੱਸ ਰਹਿਣਾ, ਉਹ ਠੇਕੇਦਾਰ ਨੀ ਏ, ਬਾਹਰ ਲੱਗਿਆ ਬੋਲੋਈ ਦਾ ਗਣੈਣਾ ਛੁੜਬਾਈ ਦੱਸ ਰਹਿਣਾ, ਉਹ ਠੇਕੇਦਾਰ ਨੀ ਏ, ਸਾਰਾ ਕੋਲਾ ਪਹਿਲੇ ਤੂੰ ਟੋਡੂ ਬਣਾਇਆ, ਸਰਿਆਂ ਦਾ ਸਾਗ ਕੰਨੇ ਮੱਖਣ ਮਲਾਇਆ, ਉਹ ਉੱਪਰ ਪਾਇਆ ਉਹ ਅੰਬੂਏ ਦਾ ਚਾਰ ਲੱਗਦਾ ਸਵਾਦ, ਉਹ ਠੇਕੇਦਾਰ ਨੀ ਏ, ਉਹ ਠੇਕੇਦਾਰ ਨੀ ਏ। ਕਿਆ ਬਾਤ ਹੈ ਸਰ, ਆਪਕੀ ਆਵਾਜ਼ ਮੇ ਕੋਈ ਐਸਾ ਜਾਦੂ ਹੈ ਕਿ ਝੂਮਨੇ ਪੇ ਜੋ ਹੈ ਮਜਬੂਰ ਹੋ ਜਾਤੇ ਹੈ ਸਰ। ਸਰ ਆਖਰੀ ਪ੍ਰਸ਼ਨ ਆਪਸੇ ਜੋ ਹੈ ਹਮ ਕਰਨਾ ਚਾਹੇਂਗੇ, ਕਿਉਂਕਿ ਸਮੇਂ ਆਪਕਾ ਬਹੁਤ ਕੀਮਤੀ ਹੈ। ਸਰ ਜੋ ਆਪ ਯਹਾਂ ਪੇ ਆਜ ਆਏ ਜੋ ਬਲਾਕ ਗਾਂਧਰੀ ਡਿਸਟ੍ਰਿਕਟ ਰਾਮਬਨ ਜੋ ਸਰ, ਕੈਸਾ ਲਗਾ ਆਪਕੋ, ਯਹਾਂ ਕੇ ਲੋਕ, ਯਹਾਂ ਕੇ ਜੋ ਇਲਾਕਾ ਜੋ ਹੈ ਕੈਸਾ ਲਗਾ? ਮੈਂ ਸੱਚੀ ਬਾਤ ਬਤਾਊਂ ਆਪਕੋ ਤੋ ਬਹੁਤ ਅੱਛਾ ਲਗਾ ਮੁਝੇ, ਇਲਾਕਾ ਤੋ ਸੇਮ ਇੱਕ ਜੈਸਾ ਹੀ ਹਮਾਰਾ ਹੈ ਨਾ, ਮਗਰ ਜੋ ਇੱਧਰ ਕੇ ਲੋਕ ਹੈ ਨਾ ਬਹੁਤ ਇੱਕ ਪਿਆਰ ਦੇਤੇ ਹੈ, ਆਸ਼ੀਰਵਾਦ ਵੀ ਦਿਆ, ਸਭੀ ਨੇ ਅਣਜਾਏ ਵੀ ਕੀਆ, ਜੈਸੇ ਹਮੇ ਪ੍ਰੋਗਰਾਮ ਕੀਆ, ਇੱਧਰ ਕਾ ਨਾਮ ਕਿਆ ਪਟਨੀ, ਪਟਨੀ ਹੈ ਨਾ, ਪਟਨੀ ਔਰ ਡਿਸਟ੍ਰਿਕਟ ਰਾਮਬਨ ਹੈ ਨਾ, ਔਰ ਥੈਂਕ ਯੂ ਔਰ ਸ਼ੁਕਰੀਆ ਕਰਦਾ ਵਾਂ ਪੀਰ ਪੰਜਾਲ ਔਰ ਰਮੇਸ਼ ਅੰਕਲੂ ਜੀ ਦਾ ਵੀ ਜਿਹਨੇ ਕਿ ਐਨ ਜੀ ਓ ਚਲਾਈ ਦੀ ਹਰ ਗ੍ਰਾਂ ਦੇ ਵਿੱਚ, ਹਰ ਡਿਸਟ੍ਰਿਕਟ ਦੇ ਵਿੱਚ, ਹਰ ਤਹਿਸੀਲ ਦੇ ਵਿੱਚ ਜਿਹੜੇ ਪ੍ਰੋਗਰਾਮ ਕਰਦੇ ਨੇ, ਔਰ ਗ੍ਰਾਂ ਦੇ ਜਿਹੜੀਆਂ ਧੀਆਂ ਭੈਣਾਂ ਭਰਾ ਜਿਹੜੇ ਗਾਉਂਦੇ ਨੇ ਉਹਨੇ ਇੱਕ ਮੌਕਾ ਮਿਲਦਾ ਹੈ ਨਾ, ਔਰ ਸ਼ੁਕਰੀਆ ਅਦਾ ਕਰਨਾ ਮੈਂ ਆਪਣੇ ਜੀਵਨ ਪਹਾੜੀ ਜੀ ਦਾ ਕਿ ਇਹ ਬਹੁਤ ਅੱਛੇ ਗਾਉਂਦੇ ਨੇ ਔਰ ਉਹਦੀ ਵਜ੍ਹਾ ਕਰਨਾ ਕਿ ਇੱਥੇ ਆਈ ਪੁੱਜ ਸਕੇ ਅਸ, ਔਰ ਗਰਦਾਰੀ ਸਾਡੇ ਜਿਹੜੇ ਬੌਂਸਲੀ ਵਜਾਉਂਦੇ ਨੇ ਔਰ ਉਹਦੀ ਇੱਕ ਧੁੰਨ ਕਰਨਾ ਸਾਰੇ ਕੀ ਇੱਕ ਮੋਹਨ ਕਰ ਲੈਂਦੇ। ਸਰ ਸੋਰੀ ਸਰ, ਇੱਕ ਲਾਸਟ ਇੱਕ ਛੋਟਾ ਜਿਹਾ ਪ੍ਰਸ਼ਨ ਹੈ ਸਰ, ਸਰ ਤੁਸੀਂ ਜੋ ਹੈ ਮਿਊਜ਼ਿਕ ਖਾਸ ਕਰ ਜੰਮੂ ਜੋ ਜਿਹੜਾ ਮਿਊਜ਼ਿਕ ਡੂੰਗਰ ਮਿਊਜ਼ਿਕ ਹੈ ਉਸ ਇਸ ਵੇਲੇ ਤੁਸੀਂ ਟੌਪ ਉੱਪਰ ਹੋ, ਕੋਈ ਸਰ ਤੁਹਾਡਾ ਇੰਸਪੀਰੇਸ਼ਨ, ਕੋਈ ਗੁਰੂ ਸਰ ਜਿਹੜਾ ਤੁਸੀਂ ਦੱਸਣਾ ਚਾਹੁੰਦੇ? ਦੇਖੋ ਸਰ ਮੈਂ ਸੱਚੀ ਗੱਲ ਸੁਣਾ, ਹੁਣ ਜਿਵੇਂ ਤੁਸੀਂ ਟਾਪ ਉੱਪਰ ਰੱਖਿਆ ਤਾਂ ਮੈਂ ਆਪਣੀ ਆਪ ਕੀ ਟਾਪ ਨਹੀਂ ਸਮਝਦਾ, ਚਾਹੇ ਜਿੱਥੇ ਮਰਜ਼ੀ ਮਿਗੀ ਪਬਲਿਕ ਭਜਾ ਉੜਿਆ ਔਰ ਭਗਵਾਨ ਭਜਾ, ਮੈਂ ਇਹ ਸੋਚਣਾ ਵੀ ਜਿਹੜੇ ਸਾਡੇ ਦਰਸ਼ਨ ਸਾਡੇ ਵਿਊਜ਼ ਹਨ ਜਿਹੜੇ ਅਸੀਂ ਚਾਹੁੰਦੇ ਨੇ, ਮੈਂ ਉਹਦੀ ਚਰਨ ਦੀ ਮਿੱਟੀ ਵੀ ਨਹੀਂ ਹੈ ਕਿਉਂਕਿ ਅਸ ਉਹਦੀ ਵਜ੍ਹਾ ਕਰਨਾ ਉੱਪਰ ਹੈ ਨਾ, ਜਿਹੜੇ ਪਿਆਰ ਕਰਦੇ ਉਹ ਸਾਡੇ ਭਗਵਾਨ ਸਮਾਨ। ਔਰ ਦੂਈ ਗੱਲ ਦੱਸਾਂ ਮੈਂ ਗੁਰੂ ਦੀ ਗੱਲ ਆਉਂਦੀ ਹੈ ਤੋ ਗੁਰੂ ਦੀ ਗੱਲ ਜੇ ਕਿ ਸੱਚੀ ਗੱਲ ਸੁਣਾ ਵੀ ਸਾਰਿਆਂ ਕੋਲ ਪਹਿਲਾਂ ਇੱਕ ਗੁਰੂ ਦਾ ਉਹ ਹੈ ਵੀ ਜਿਸ ਨੇ ਅਸੀਂ ਇਸ ਜਹਾਨ ਵਿੱਚ ਇਸ ਸਰੀਰ ਦੇ ਵਿੱਚ ਭੇਜਿਆ,
ਹੈ ਨਾ, ਮਗਰ ਔਰ ਉਸ ਗੁਰੂ ਵੀ ਗੁਰੂ ਕੀ ਵੀ ਅਸ ਭੁੱਲੀ ਨੇ ਹੈ ਨਾ, ਜਿਸ ਦੇ ਵਾਸਤੇ ਭੇਜਿਆ ਅਸੀਂ ਉਹ ਵੀ ਭੁੱਲੀ ਚੁੱਕੇ ਹੋ, ਔਰ ਸਾਰਿਆਂ ਕੋਲੋਂ ਵੱਡੇ ਗੁਰੂ ਮਾਤ ਪਿਤਾ ਹੈ ਨਾ, ਮਾਤ ਪਿਤਾ ਵਿੱਚ ਜਿਹਨੇ ਅਸੀਂ ਆਪਣੇ ਮਾਂ ਨੇ ਪੇਟ ਵਿੱਚ ਰੱਖਿਆ 9 ਮਹੀਨੇ, ਫਿਰ 4-5 ਸਾਲ ਆਪਣੀ ਗੋਦੀ ਵਿੱਚ ਰੱਖਿਆ, ਔਰ ਪਿਓ ਨੇ ਇੱਕ ਉਂਗਲੀ ਪਗੜੀ ਦਾ ਚੱਲਣਾ ਸਿਖਾਇਆ ਹੈ ਨਾ, ਪਾਲਿਆ, ਤਾਂ ਉਹ ਸਾਰਿਆਂ ਕੋਲ ਵੱਡੇ ਗੁਰੂ। ਔਰ ਸੱਚੀ ਗੱਲ ਸੁਣਾ ਵੀ ਗੁਰੂ ਦੀ ਕੋਈ ਗੱਲ ਨਹੀਂ ਹੈ, ਸਾਰੇ ਕਹਿੰਦੇ ਗੁਰੂ ਬਿਨਾਂ ਗਤਾ ਨਹੀਂ, ਤਾਂ ਸਹੀ ਗੱਲ ਹੈ, ਗੁਰੂ ਬਿਨਾਂ ਗਤਾ ਵੀ ਨਹੀਂ ਹੈ। ਗੁਰੂ ਅਗਰ ਰੁਸੀਆ ਤਾਂ ਤੁਸੀਂ ਮਨਾ ਨਹੀਂ ਸਕਦਾ, ਕੋਈ ਭਗਵਾਨ ਰੁਸੀਆ ਤਾਂ ਤੁਸੀਂ ਜ਼ਰੂਰ ਪੂਜਾ ਕਰੇ ਹੀ ਬੰਦਾ ਮਨਾ ਹੀ ਸਕਦਾ। ਤਾਂ ਮੈਂ ਇਸ ਲਾਈਨ ਦਾ ਗੁਰੂ ਅੱਜ ਤੱਕ ਮੈਂ ਇਹ ਨਹੀਂ ਆਖਦਾ ਵੀ ਮੇਰਾ ਕੋਈ ਨਹੀਂ ਹੈ, ਹੈ ਨਾ, ਅਸੀਂ ਇੱਕ ਇੱਕ ਬੜ ਜਿਹੜਾ ਸਿੱਖਣੇ ਨਾ, ਇੱਕ ਇੱਕ ਬੜ ਦਾ ਸਾਡਾ ਗੁਰੂ ਬਣਦਾ, ਜ਼ਰੂਰ ਨਹੀਂ ਹੈ ਸਾਡਾ ਇੱਕੋ ਗੁਰੂ ਹੈ। ਅਗਰ ਮੈਂ ਤੁਹਾਡੇ ਕੋਲ ਅਗਰ ਕੋਈ ਗਾਣਾ ਸਿੱਖਣਾ ਜਾਂ ਜਿਵੇਂ ਤੁਸੀਂ ਗਾਉਂਦੇ ਉਸ ਐਕਟਿੰਗ ਕੀ ਮੈਂ ਸਿੱਖਣਾ, ਤੁਸੀਂ ਮੇਰੇ ਗੁਰੂ ਬਣੀ ਹੈ। ਇੱਕ ਇੱਕ ਬੜ ਦਾ ਗੁਰੂ ਹੁੰਦਾ, ਦਿਨ ਦੇ ਪਤਾ ਨਹੀਂ ਕਿੰਨੇ ਗੁਰੂ ਧਾਰਨੇ ਅਸ, ਮਗਰ ਜਿਹੜਾ ਗਤੀ ਕਰਨ ਵਾਲਾ ਗੁਰੂ ਹੈ ਇੱਕੋ ਹੈ। ਔਰ ਮੈਂ ਇਸ ਲਾਈਨ ਦੇ ਵਿੱਚ ਉਹ ਮੌਕਾ ਨਹੀਂ ਮਿਲਿਆ, 3 ਮੌਕਾ ਦਿੱਤਾ, ਕੋਸ਼ਿਸ਼ ਬੜੀ ਕੀਤੀ ਮੈਂ, ਬੜੇ ਬੰਦਿਆਂ ਕੋਲ ਗਿਆ, ਪਤਾ ਨਹੀਂ ਮੇਰੀ ਬਦਨਸੀਬੀ ਹੈ। ਔਰ ਜਿਹੜਾ ਇਸ ਗਾਣੇ ਦੇ ਵਿੱਚ ਸੰਗੀਤ ਲਾਈਨ ਦੇ ਵਿੱਚ ਮੈਨੂੰ ਪਾਇਆ, ਮੇਰੇ ਡੈਡੀ ਜੀ ਨੇ ਪਾਇਆ, ਅੱਜ ਉਹ ਸੁਰਗਵਾਸ ਹੋ ਚੁੱਕੇ ਨੇ। ਤਾਂ ਉੱਗੋਂ ਉਹਨੇ ਕਿ ਮੈਂ ਅੱਜ ਤੱਕ ਗੁਰੂ ਸਮਝਣਾ, ਔਰ ਮੈਂ ਸੱਤ ਜਨਮ ਤੱਕ ਸਮਝਗਾ। ਜੀ 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 ਸਰ, ਸਰ ਤੁਹਾਡੀ ਸੋਚ ਬਹੁਤ ਵਧੀਆ ਹੈ, ਹਮਸੇ ਬਾਤ ਕਰਨੇ ਕੇ ਲਈ ਜੋ ਹੈ ਆਪਕਾ ਬਹੁਤ ਬਹੁਤ ਧੰਨਵਾਦ ਸਰ। ਹਮੇ ਉਮੀਦ ਹੈ ਹਮਾਰੇ ਦਰਸ਼ਕੋ ਕੋ ਹਮ ਨੈਕਸਟ ਟਾਈਮ ਵੀ ਜ਼ਰੂਰ ਆਪਸੇ ਮਿਲੇਂਗੇ, ਤੋ ਫਿਲਹਾਲ ਚੈਨਲ ਕੋ ਕੀਜੀਏਗਾ ਸਬਸਕ੍ਰਾਈਬ, ਵੀਡੀਓ ਕੋ ਜ਼ਿਆਦਾ ਸੇਅਰ ਕੀਜੀਏਗਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਸ਼ੁਕਰੀਆ।